जलंधर के कस्बा नकोतर में पड़ते इलाके महतपुर में कल देर रात पेपर मिल को आग लग गई थी। आग इतनी भयंकर थी कि लगातार आग बुझाने के लिए फायर ब्रिगेड की गाड़ियां पानी भरकर आग बुझाने का प्रयास कर रही हैं। वहीं दमकल विभाग के कर्मचारी ने बताया कि रात 10 बजे के करीब आग लगी थी, जिसके बाद जलंधर, शाहकोट, नकोतर और कई इलाकों की गाड़ियां बुलाई गयी। फिलहाल आग को बुझाने का प्रयास किया जा रहा है, लेकिन आग लगातार बढ़ती जा रही है। कारण समझ नहीं आ रहा कि कैसे ही गए। मेरे ख्याल से तो जी थल्लियों किसी तरह अग ना अंदरों बन के निकली है, जदों तक सानू पता लगा क्योंकि प्लांट बंद सीगा। अच्छा जी, धुआं ही निकलता देखिया वा, बस जिदा ही धुआं देखिया वा लग पए उन्होंने फोड़ा फलाई करन, बस वो जिदा जिदा करते गए उदा उदा मचती गई है। बस अजे कुछ क्लीयर नहीं हो पाया भी कैसे ही। मतलब किन्ना क फायर ब्रिगेड का मतलब किन्ने बजे पहुंचिया या की उन्होंने काम किदा का की उन्होंने बुझाने की किदा कोशिश की, किनिया गड्डिया की तंगी तो नहीं आई? जब नहीं कोई तंगी नहीं आई जी, एवं तुम कही नकोदरों उस वे फायर ब्रिगेड तुर पी सी, फिर असं आसे पास जिथे जिथे हो सकता ही जगराऊ, शाहकोट, सुल्तानपुर लोधी, जिथे जिथे बंदे साढ़े सके बैठे सारे बन्ने कोशिश की थी। ते समा रेंद्या कह लो आ गई, पर अग ज्यादा होने का करके भी कोई पानी के ना भी कह लो कोई खास फर्क नहीं पिया। बस ये भी अगे वधनों बचा रहे हैं जिदा बस उन्हों। एक किस चीज ते अग लगी है, की चीज की है जिन्हों अग लगी है? ये पराली है सर, जेड़ी पराली आप खत्तियां च बन्नदे हां, पराली नू एज अ फ्यूल आप यूज करते सीगे। अच्छा जी, सो स्टैक की हुई सी उही उन्हों अग ਉਹਨੇ ਅੱਗ ਫੜ ਲਈ ਹੈ। ਹੁਣ ਇਹ ਰੱਬ ਜਾਣੇ ਕਿਵੇਂ ਫੜੀ ਹੈ ਕਿਵੇਂ ਨਹੀਂ ਹੈ, ਤੇ ਹੁਣ ਕਿੰਨੇ ਕੁ ਪਰਸੈਂਟ ਜਿਹੜੀ ਅੱਗ ਬੁਝ ਚੁੱਕੀ ਆ ਕੱਲ ਨਾਲੋਂ ਰਾਤ ਨਾਲੋਂ? ਅੱਧੀ ਕੁ ਕਹਿ ਲਓ ਅੰਦਾਜ਼ਾ ਹੈ ਜੀ, ਕਿਉਂਕਿ ਹੁਣ ਅੱਗ ਹੈ ਵਿੱਚ, ਅੰਦਰ ਨਹੀਂ ਪਤਾ ਲੱਗ ਰਿਹਾ ਵੀ ਕੀ ਹੈ। ਹੁਣ ਦਿਨ ਚੜਿਆ ਵਾ ਲਾਉਂਦੇ, ਥੋੜ੍ਹਾ ਚਿਰ ਬਾਅਦ ਅੰਦਾਜ਼ਾ ਲਾਉਂਦੇ ਹਾਂ ਕਿਉਂਕਿ ਰਾਤ ਦੀ ਅੱਗ ਲੱਗੀ ਹੈ। ਰਾਤ ਨੂੰ ਹੁਣ ਉਹ ਨਹੀਂ ਪਤਾ ਲੱਗ ਰਿਹਾ ਸੀਗਾ ਕੀ ਹੈ, ਹੁਣ ਥੋੜ੍ਹਾ ਜਿਹਾ ਧੁੰਦ ਧੁੰਦ ਹਟਦੀ ਆ ਫਿਰ ਦੇਖਦੇ ਪਤਾ ਲੱਗੇਗਾ। ਤੇ ਸਰ ਕਿੰਨਾ ਕੁ ਨੁਕਸਾਨ ਦੀ ਸੰਭਾਵਨਾ, ਕਿੰਨਾ ਕੁ ਨੁਕਸਾਨ ਹੋਇਆ ਹੋਊਗਾ ਜਿਹੜਾ ਮਤਲਬ ਹੁਣ ਤੱਕ ਤੁਸੀਂ ਦੇਖਿਆ ਵਾ? ਅਜੇ ਬਾਕੀ ਤਾਂ ਚਲੋ ਕਲੀਅਰ ਨਹੀਂ ਕਹਿ ਸਕਦੇ ਨੁਕਸਾਨ, ਹੁਣ ਸਰ ਇੱਦਾਂ ਕੀ ਕਹੀਏ ਹੁਣ ਨੁਕਸਾਨ ਦਾ, ਹਜੇ ਦਿਨ ਚੜ੍ਹੇ ਤੇ ਮੈਂ ਇੰਨਾ ਹੋ ਸਕਦਾ ਵਾ ਵੀ ਨੁਕਸਾਨ ਤੇ ਬਹੁਤ ਮੋਟਾ ਹੈ ਜੀ, ਇਹੋ ਜਿਹੇ ਪੰਗਾ ਪੈ ਗਿਆ ਕਹਿ ਲਓ ਵੀ ਨੁਕਸਾਨ ਦਾ। ਹੁਣ ਕੀ ਲਈਏ ਹਿਸਾਬ ਤਾਂ ਜੀ, ਨੁਕਸਾਨ ਕਹਿ ਨਹੀਂ ਸਕਦੇ। ਸਰ ਇਹ ਜਲੰਧਰ ਦੀਆਂ ਗੱਡੀਆਂ ਆਈਆਂ ਜੀ, ਨਕੋਦਰ ਦੀਆਂ ਗੱਡੀਆਂ ਆਈਆਂ ਜੀ ਇੱਥੇ, ਅਤੇ ਸੁਲਤਾਨਪੁਰ ਤੋਂ ਗੱਡੀ ਆਈ ਹੈ ਜੀ, ਅਤੇ ਆਪਣਾ ਸ਼ਾਹਕੋਟ ਦੀ ਗੱਡੀ ਇੱਥੇ ਆਈ ਹੈ ਜੀ। ਇਹ ਕਦੋਂ ਤੁਹਾਨੂੰ ਇਤਲਾਹ ਮਿਲੀ ਵੀ ਇਹ ਅੱਗ ਲੱਗੀ ਹੈ? ਸਰ ਸਾਨੂੰ 10 ਵਜੇ ਦੇ ਕਰੀਬ ਇਤਲਾਹ ਮਿਲੀ ਜੀ। ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਹੁਣ ਤੱਕ? ਸਰ 5-6 ਗੱਡੀਆਂ ਤਕਰੀਬਨ ਲੱਗ ਚੁੱਕੀਆਂ, ਅਤੇ ਉਹੀ ਗੱਡੀਆਂ ਪਾਣੀ ਭਰ ਕੇ ਸੀ, ਵਾਰ ਵਾਰ ਗੱਡੀਆਂ 'ਤੇ ਪਾਣੀ ਮਾਰ ਰਿਹਾ ਇੱਥੇ ਅੱਗ 'ਤੇ। ਮਤਲਬ ਤੁਹਾਨੂੰ ਕਿੰਨਾ ਕੁ ਟਾਈਮ ਲੱਗ ਸਕਦਾ ਹੋਰ ਇੱਥੇ ਹਜੇ? ਸਰ ਵੇਖੋ ਅੱਗ ਦੇ ਹਿਸਾਬ ਨਾਲ ਦੇਖਿਆ ਜਾਵੇਗਾ, ਕੋਈ ਸਮਾਂ ਦਾ ਕੋਈ ਇੰਤਜ਼ਾਮ ਨਹੀਂ ਵੀ ਸਮਾਂ ਕਿੰਨਾ ਲੱਗ ਸਕਦਾ ਕੋਈ ਪਤਾ ਨਹੀਂ, ਅਜੇ ਅੱਗ ਬੁਝਾ ਰਹੇ ਆ, ਕੋਸ਼ਿਸ਼ ਕਰ ਰਹੇ ਆ ਮੁੰਡੇ ਸਾਰੇ ਸਾਡੇ ਫਾਇਰ ਬ੍ਰਿਗੇਡ ਦੇ ਜਿੰਨੇ ਵੀ ਮੁਲਾਜ਼ਮ ਆ। ਕਿੰਨੀ ਕੁ ਮਤਲਬ ਅੱਗ ਕਿੰਨੀ ਕੁ ਜ਼ਿਆਦਾ ਲੱਗੀ ਹੋਈ ਆ? ਕਿੰਨਾ ਜਦੋਂ ਅਸੀਂ ਆ ਕੇ ਦੇਖਿਆ ਸੀ ਉਦੋਂ ਬਹੁਤ ਜ਼ਿਆਦਾ ਅੱਗ ਸੀਗੀ। ਅੱਛਾ, ਅਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਅੱਗ ਹਜੇ ਵੀ ਹੈਗੀ ਆ, ਬਾਕੀ ਮੁੰਡਿਆਂ ਨੇ ਕਾਫੀ ਪੈਟਰੋਲ ਕੀਤਾ ਹੈ ਜੀ, ਕਾਫੀ ਅੱਗ ਬੁਝਾਈ ਹੈ। ਅਤੇ ਹੁਣ ਮਤਲਬ ਜਿਹੜੀ ਅੱਗ ਕਿੰਨੇ ਪਰਸੈਂਟ ਲੱਗੀ ਹੋਈ ਆ? ਜਦੋਂ ਤੁਸੀਂ ਆਏ ਸੀ ਉਦੋਂ ਕਿੰਨੀ ਸੀ ਅਤੇ ਹੁਣ ਕਿੰਨੀ? ਕਾਫੀ ਸ਼ਦਤ ਨਾਲ ਮੁੰਡਿਆਂ ਨੇ ਕੰਮ ਕੀਤਾ, ਕਾਫੀ ਅੱਗ ਬੁਝਾਈ ਹੈ, ਮਤਲਬ ਕਿ 70% ਅੱਗ ਅਸੀਂ ਬੁਝਾ ਦਿੱਤੀ, 30% ਰਹਿ ਗਈ ਹੈ ਜੀ।